ਪ੍ਰੋਗਰਾਮ ਫੇਸ ਟੂ ਫੇਸ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਮੇਰੇ ਨਾਲ ਈਸ਼ਾ ਅਰੋੜਾ ਹੈ। ਈਸ਼ਾ ਅਰੋੜਾ ਅੰਮ੍ਰਿਤਸਰ ਦੀ ਮਸ਼ਹੂਰ ਮਾਡਲ ਹੈ ਅਤੇ ਕਈ ਵੀਡੀਓਜ਼ ਐਲਬਮ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਇੱਕ ਵਾਰੀ ਸਾਡੇ ਪ੍ਰੋਗਰਾਮ ਦੇ ਵਿੱਚ ਈਸ਼ਾ ਅਰੋੜਾ ਆ ਚੁੱਕੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਐਸੇ ਬੱਚੇ ਹੁੰਦੇ ਨੇ, ਮਿਹਨਤੀ ਬੱਚੇ ਹੁੰਦੇ ਆ, ਉਹਨਾਂ ਦੀ ਅਸੀਂ ਪ੍ਰਮੋਸ਼ਨ ਕਰ ਸਕੀਏ, ਸਾਨੂੰ ਐਸਾ ਚਾਂਸ ਮਿਲਦਾ ਰਹੇ, ਅਸੀਂ ਇਸ ਲਈ ਖੁਸ਼ਨਸੀਬ ਮੰਨਦੇ ਹਾਂ ਆਪਣੇ ਆਪ ਨੂੰ। ਅਤੇ ਮੇਰੇ ਕੋਲ ਈਸ਼ਾ ਅਰੋੜਾ ਤੁਹਾਡੇ ਲਈ ਕੋਈ ਸ਼ਬਦ ਨਹੀਂ ਬਚਦੇ ਕਿ ਤੁਸੀਂ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਤਰੱਕੀ ਜਿਹੜੀ ਆ ਹਾਸਿਲ ਕੀਤੀ ਹੈ। ਹੁਣ ਜਿਹੜੇ ਤੁਹਾਡੇ ਨਵੇਂ ਪ੍ਰੋਜੈਕਟ ਜਿਹੜੇ ਇਸ਼ੂ ਹੋਏ ਨੇ, ਉਹਨਾਂ ਦੇ ਬਾਰੇ ਤੁਸੀਂ ਥੋੜ੍ਹਾ ਜਾਣਨਾ ਦਿਓ। ਹਾਂਜੀ, ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਪਹਿਲੇ ਸਭ ਨੂੰ। ਮੇਰੇ ਜਿਹੜੇ ਨਿਊ ਪ੍ਰੋਜੈਕਟ ਲਾਂਚ ਹੋਣ ਵਾਲੇ ਨੇ, ਬਹੁਤ ਸਾਰੇ ਹੀ ਨੇ, ਅਣਗਿਣਤ ਨੇ। ਸਪੈਸ਼ਲੀ ਜਿਹੜਾ ਮੇਰਾ ਮੋਸਟ ਵਧੀਆ ਜਿਹੜਾ ਮੈਨੂੰ ਲੱਗਦਾ ਨੇਹਾ ਕੱਕੜ ਮੈਮ ਨਾਲ ਨੇ, ਅਤੇ ਬਹੁਤ ਪਿਆਰਾ ਸੌਂਗ ਆ ਜਿਹੜਾ ਉਹਨਾਂ ਨੇ ਗਾਇਆ ਵਾ, ਅਤੇ ਬਹੁਤ ਪਿਆਰੀ ਵੀਡੀਓ ਡਾਇਰੈਕਟਰ ਸੰਦੀਪ ਸ਼ਰਮਾ ਜੀ ਨੇ ਜਿਹੜੀ ਵੀਡੀਓ ਕੀਤੀ ਉਹਦੀ, ਅਤੇ ਬਹੁਤ ਪਿਆਰਾ, ਮਤਲਬ ਉਹ 'ਚ ਮੇਰਾ ਇੱਕ ਕਰੈਕਟਰ ਆ, ਅਤੇ ਮੈਨੂੰ ਨੇਹਾ ਮੈਮ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਾ। ਸੋ ਥੈਂਕ ਯੂ ਟੂ ਨੇਹਾ ਮੈਮ ਡਾਇਰੈਕਟਰ ਸੰਦੀਪ ਸ਼ਰਮਾ ਜੀ। ਅਤੇ ਉਸ ਤੋਂ ਬਾਅਦ ਮੇਰਾ ਸੌਂਗ ਆ ਰਿਹਾ, ਬਹੁਤ ਸਾਰੇ ਨਿਊ ਸਿੰਗਰਸ ਨੇ, ਓਲਡ ਵੀ ਨੇ, ਕਈਆਂ ਦੇ ਸੌਂਗ ਆ ਰਹੇ ਨੇ, ਬਟ ਥੋੜ੍ਹਾ ਟਾਈਮ ਲੱਗੂਗਾ, ਬਟ ਬਹੁਤ ਪਿਆਰੇ ਸੌਂਗ ਨੇ। ਗਗਨ ਗੀਤਾਸ ਜੀ ਹੋ ਗਏ, ਬਹੁਤ ਸਾਰੇ, ਮਤਲਬ ਬਹੁਤ ਜ਼ਿਆਦਾ ਸਿੰਗਰਸ ਨੇ ਜਿਨ੍ਹਾਂ ਦੇ ਮੈਂ ਨਾਮ ਨਹੀਂ ਲੈ ਸਕਦੀ ਹਜੇ। ਅਤੇ ਮਤਲਬ ਇੰਨੇ ਵੀਡੀਓਜ਼ ਹੋ ਚੁੱਕੇ ਨੇ ਈਸ਼ਾ ਦੀ ਲਿਸਟ ਦੇ ਵਿੱਚ ਕਿ ਖੁਦ ਨੂੰ ਯਾਦ ਨਹੀਂ ਕਿ ਕਿਹੜੇ ਕਿਹੜੇ ਵੀਡੀਓਜ਼ ਜਿਹੜੇ ਮੈਂ ਕਰ ਚੁੱਕੀ ਹਾਂ। ਅਤੇ ਇੱਕ ਤੁਹਾਡਾ ਐਂਟੀਨਾ ਸੌਂਗ ਆਇਆ ਸੀਗਾ, ਛੋਟਾ ਜਿਹਾ ਰੋਲ ਸੀਗਾ, ਬਹੁਤ ਪਿਆਰਾ ਰੋਲ ਸੀਗਾ ਉਹਦੇ ਵਿੱਚ, ਉਸ ਤੋਂ ਹੀ ਮੇਰੇ ਖਿਆਲ ਨਾਲ ਉਸ ਤੋਂ ਬਾਅਦ ਜ਼ਿਆਦਾ ਹੀ ਤੁਸੀਂ ਪ੍ਰੋਗਰੈਸ ਕੀਤੀ ਹੈ, ਅਤੇ ਕੀ ਉਹਦਾ ਰਿਸਪੋਂਸ ਰਿਹਾ ਤੁਹਾਡੇ ਲਈ? ਉਹਦਾ ਰਿਸਪੋਂਸ ਮੇਰੀ ਲਾਈਫ 'ਚ ਬਹੁਤ ਹੀ ਜ਼ਿਆਦਾ ਮਾਇਨੇ ਰਿਹਾ, ਕਿਉਂਕਿ ਪਹਿਲੇ ਕਾਫੀ ਮੈਂ ਸੌਂਗਸ ਕੀਤੇ, ਮੈਨੂੰ ਇੰਨਾ ਰਿਸਪੋਂਸ ਨਹੀਂ ਚੰਗਾ ਮਿਲਿਆ। ਜਦ ਮੈਂ ਕੁਲਵਿੰਦਰ ਬਿੱਲਾ ਜੀ ਨਾਲ ਮਿਲੀ, ਉਹਨਾਂ ਦਾ ਇੰਨਾ ਵਧੀਆ ਨੇਚਰ ਲੱਗਾ ਮੈਨੂੰ ਉਹਨਾਂ ਦਾ, ਅਤੇ ਓਬਵੀਅਸਲੀ ਉਹਨਾਂ ਦਾ ਜਿਹੜਾ ਸੌਂਗ ਆ ਸੁਪਰ ਡੁਪਰ ਹਿੱਟ ਹੋਇਆ ਵਾ, PTC 'ਤੇ ਉਹਨਾਂ ਨੂੰ ਅਵਾਰਡ ਵੀ ਮਿਲਿਆ ਕੁਲਵਿੰਦਰ ਬਿੱਲਾ ਜੀ ਨੂੰ, ਅਤੇ ਨਾਲ ਉਹਨਾਂ ਦਾ ਜਿਹੜਾ ਐਂਟੀਨਾ ਸੌਂਗ ਨੂੰ ਇੰਨਾ ਪਿਆਰ ਦਿੱਤਾ ਲੋਕਾਂ ਨੇ, ਅਤੇ ਜਿਹੜੇ ਆਪਣੇ ਫੈਨਸ ਨੇ ਸਾਰਿਆਂ ਨੇ ਬਹੁਤ ਪਿਆਰ ਕੀਤਾ, ਅਤੇ ਹੁਣ ਮੈਨੂੰ ਲੱਗਦਾ ਕਿ ਮੈਨੂੰ ਜ਼ਿਆਦਾ ਜਾਣੇ ਪਹਿਲੇ ਨਾਲੋਂ ਜ਼ਿਆਦਾ ਜਾਣੇ ਹੁਣ ਜਾਣਦੇ ਨੇ, ਅਤੇ ਐਂਟੀਨਾ ਨੇ ਬਹੁਤ ਵਧੀਆ ਰਿਸਪੋਂਸ ਦਿੱਤਾ ਜਿਹਦੇ ਕਾਰਨ ਹੁਣ ਮੇਰਾ ਬਹੁਤ ਜ਼ਿਆਦਾ ਬਿਜ਼ੀ ਸ਼ਡਿਊਲ ਆ। ਸੋ ਥੈਂਕ ਯੂ ਸੋ ਮਚ ਕੁਲਵਿੰਦਰ ਬਿੱਲਾ ਜੀ ਐਂਡ ਪ੍ਰੇਮ ਸਿੰਘ, ਪੁਨੀਤ ਸਿੰਘ ਬੇਦੀ ਐਂਡ ਮੋਹਿਤ ਮਿੰਦਰ ਡਾਇਰੈਕਟਰ। ਮੈਂ ਦੱਸਣਾ ਚਾਹਾਂਗਾ ਕਿ ਸਾਡੀ ਈਸ਼ਾ ਜਿਹੜੀ ਹੈ ਉਹ ਡਾਇਰੈਕਟਰ ਵੀ ਹੈ। ਇੱਕ ਗਾਣਾ ਇਹਨਾਂ ਨੇ ਬੱਚਾ ਸੌਂਗ ਕਾਫੀ ਫੇਮਸ ਹੋ ਰਿਹਾ ਹੈ, ਉਹਦਾ ਇੱਕ ਕਲਾਈਮੈਕਸ ਲਗਾ ਲਓ ਜਾਂ ਉਹਦੀ ਕਾਪੀ ਲਗਾ ਲਓ, ਉਹਨੂੰ ਸ਼ੂਟ ਕੀਤਾ ਹੈ, ਯੂਟਿਊਬ 'ਤੇ ਕਾਫੀ ਵਿਊਵਰ ਹੋ ਗਏ ਇਹਨਾਂ ਦੇ, ਅਤੇ ਕਾਫੀ ਲੋਕਾਂ ਨੇ ਉਹਨੂੰ ਦੇਖ ਲਿਆ, ਕਾਫੀ ਪਸੰਦ ਕੀਤਾ ਜਾ ਰਿਹਾ। ਉਹ ਤੁਹਾਡਾ ਪਹਿਲਾ ਪ੍ਰੋਜੈਕਟ ਸੀਗਾ? ਹਾਂਜੀ, ਉਹ ਮੇਰਾ ਬੱਚਾ ਸੌਂਗ ਪਹਿਲਾ ਪ੍ਰੋਜੈਕਟ ਸੀ, ਬਲਕਿ ਅਸੀਂ ਇੱਕ ਨੋਰਮਲ ਵੀਡੀਓ ਦੇਖੀ ਸੀ ਕੋਰੀਆ ਵਰਜਨ, ਅਤੇ ਸਾਨੂੰ ਮਤਲਬ ਯੂਨੀਕ ਜਿਹਾ ਕੁਛ ਅਲੱਗ ਜਿਹਾ ਕੰਸੈਪਟ ਲੱਗਾ ਕਿ ਵੀਡੀਓ 'ਚ ਹੈ ਨਾ ਕੋਈ ਹੁੰਦਾ ਮਨ ਨੂੰ ਚੀਜ਼ ਪਾ ਜਾਂਦੀ ਆ, ਅਤੇ ਅਸੀਂ ਜੇ ਮਤਲਬ ਸਾਰੇ ਫਰੈਂਡਸ ਵਗੈਰਾ ਬੈਠੇ ਸੀ, ਅਤੇ ਸਾਡਾ ਇੱਕ ਵਿਚਾਰ ਸੀ ਕਿ ਯਾਰ ਇਹੀ ਗਾਣੇ ਦੀ ਕਿਉਂ ਨਾ ਕਾਪੀ ਕੀਤੀ ਜਾਵੇ, ਬਿਕੋਜ਼ ਕਾਪੀ ਕਰਨਾ ਅੱਛੀ ਗੱਲ ਤਾਂ ਨਹੀਂ ਆ, ਇਟਸ ਨੋਟ ਅ ਗੁੱਡ, ਹੈ ਨਾ, ਬਟ ਫਿਰ ਵੀ ਅਸੀਂ ਉਹਨੂੰ ਕਾਪੀ ਕੀਤਾ, ਦੈਨ ਸਾਨੂੰ ਨਹੀਂ ਸੀ ਪਤਾ ਕਿ ਉਹਦਾ ਇੰਨਾ ਵਧੀਆ ਰਿਸਪੋਂਸ ਮਿਲਣਾ ਸਾਨੂੰ, ਬਟ ਉਹ ਬੱਚਾ ਸੌਂਗ ਦਾ ਇੰਨਾ ਵਧੀਆ ਰਿਸਪੋਂਸ ਮਿਲਿਆ, 1 million ਆਈ ਥਿੰਕ ਉਹਦੇ ਵਿਊ ਹੋ ਗਏ ਨੇ, ਅਤੇ ਮੈਂ ਬਹੁਤ ਖੁਸ਼ ਹਾਂ, ਅਤੇ ਉਹਦੇ ਮਗਰ ਮੇਰਾ ਇਕੱਲੀ ਦਾ ਹੱਥ ਨਹੀਂ, ਮਤਲਬ ਜਿਹੜਾ ਮੁੰਡਾ ਜਿਹਨੇ ਇਸ ਨੂੰ ਖੜਾ ਕੀਤਾ ਸੌਂਗ ਨੂੰ, ਸੰਜੂ ਸਿੰਘ ਨਾਲ। 1 million, 1 million ਤੋਂ ਯਾਦ ਆਇਆ, 1 million 1 lakh ਹੁੰਦਾ ਕਿ 10 lakh ਹੁੰਦੇ, ਇਹ ਜਿਹੜੀ ਕਿ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਹੈ। ਇਹ 10 lakh ਹੁੰਦੇ ਆ, 10 lakh ਹੁੰਦੇ ਨੇ ਜੀ। ਕੁਝ ਦਰਸ਼ਕਾਂ ਨੂੰ ਲੱਗਦਾ ਸੀਗਾ ਕਿ 1 lakh ਨੂੰ 1 million ਕਿਹਾ ਜਾਂਦਾ। ਸੋ ਅਗਲੀ ਗੱਲ ਮੇਰੀ ਹੈ ਕਿ ਹੁਣ ਜਿਹੜੇ ਤੁਸੀਂ ਹੁਣ ਤੱਕ ਵੀਡੀਓਜ਼ ਕਰ ਚੁੱਕੇ ਹੋ, ਸ਼ੂਟ ਕਰ ਚੁੱਕੇ ਹੋ, ਜਿਹੜੇ TV ਚੈਨਲਾਂ 'ਚ ਚੱਲ ਚੁੱਕੇ, ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ ਕਿਹੜੇ ਕਿਹੜੇ ਹੋ ਚੁੱਕੇ ਆ।
ਹਾਂਜੀ, ਸਭ ਤੋਂ ਪਹਿਲੇ ਤਾਂ ਮੇਰਾ ਐਂਟੀਨਾ ਸੌਂਗ ਸੀ ਜਿਹੜਾ ਮੇਰਾ ਚੱਲ ਚੁੱਕਿਆ, ਦੈਨ ਰਫਲਾਂ ਸੌਂਗ ਚੱਲਿਆ, ਕਾਫੀ ਮਤਲਬ ਜਿਹੜੇ ਸੌਂਗ ਹੈਗੇ ਮੇਰੇ ਚੱਲੇ ਆ, ਬਿਕੋਜ਼ ਬਹੁਤ ਵਧੀਆ ਰਿਸਪੋਂਸ ਮਿਲਿਆ ਹਰ ਸੌਂਗ ਨੂੰ। ਬਟ ਹੁਣ ਜਿਹੜੇ ਮੈਂ ਸੌਂਗ ਕੀਤੇ ਨੇ ਉਹ ਕੁਛ ਯੂਨੀਕ ਨੇ, ਕੰਸੈਪਟ ਵੀ ਬਹੁਤ ਉਹਨਾਂ ਦਾ ਅੱਛਾ ਹੈ। ਸਭ ਤੋਂ ਪਹਿਲੇ ਤਾਂ ਜਿਹੜਾ ਮੇਰਾ ਸੈਕਿੰਡ ਖੁਦ ਮੈਂ ਜਿਹੜਾ ਡਾਇਰੈਕਟ ਕੀਤਾ ਸੌਂਗ ਵੈਲੈਂਟਾਈਨ ਡੇ, ਉਹ ਵੀ ਬਹੁਤ ਅੱਛਾ, ਜਿਹਨੂੰ ਵਧੀਆ ਰਿਸਪੋਂਸ ਮਿਲਿਆ ਵਾ। ਦੈਨ ਉਸ ਤੋਂ ਬਾਅਦ ਡਾਇਰੈਕਟਰ ਸੰਦੀਪ ਸ਼ਰਮਾ, ਫਰੇਮ ਸਿੰਘ, ਪੁਰਾਣੀ ਆਰਟਸ ਐਂਡ ਮੈਨੀ ਮੋਰ ਡਾਇਰੈਕਟਰ ਜਿਨ੍ਹਾਂ ਨਾਲ ਮੈਂ ਵਰਕ ਕੀਤਾ, ਬਹੁਤ ਹੀ ਵਧੀਆ ਲੱਗਾ ਮੈਨੂੰ ਉਹਨਾਂ ਨਾਲ ਵਰਕ ਕਰਕੇ। ਅਤੇ ਕਾਫੀ ਜ਼ਿਆਦਾ ਸੌਂਗ ਆ ਜਿਹੜੇ ਮੈਨੂੰ ਖੁਦ ਵੀ ਨਹੀਂ ਯਾਦ ਕਿ ਕਿਹੜੇ ਕਿਹੜੇ ਸੌਂਗ ਹੁਣ ਰਿਲੀਜ਼ ਹੋਣ ਵਾਲੇ ਨੇ। ਮਤਲਬ ਬਹੁਤ ਵਧੀਆ ਸੌਂਗ ਨੇ, ਬਹੁਤ ਅੱਛੇ ਅੱਛੇ ਪ੍ਰੋਜੈਕਟ ਜਿਹੜੇ ਦੇਖਣ ਨੂੰ ਮਿਲਣਗੇ, ਅਤੇ ਕਾਫੀ ਸੌਂਗ ਆ ਜਿਹੜੇ ਆ ਵੀ ਗਏ ਨੇ ਅਤੇ ਹੁਣ ਆਉਣਗੇ ਵੀ। ਕੁਝ ਸੌਂਗ ਜਿਹੜੇ ਤੁਸੀਂ ਸਾਡੇ ਨਾਲ ਸ਼ੇਅਰ ਕਰਨੇ ਚਾਹੋਗੇ ਜਿਹਦੇ ਵਿੱਚ ਤੁਸੀਂ ਮੇਨ ਕਿਰਦਾਰ ਦੇ ਵਿੱਚ? ਜੀ, ਮੈਂ ਆਵਾਜ਼ ਪੰਜਾਬ ਦੀ ਸੁਨੀਲ ਮੱਟੂ ਜੀ ਜਿਹੜੇ ਮਤਲਬ ਸਿੰਗਰ ਸੀ, ਉਹਨਾਂ ਦਾ ਮੈਂ ਸੌਂਗ ਕੀਤਾ ਦਿਲ ਲੱਗੀ। ਬਹੁਤ ਵਧੀਆ ਰਿਸਪੋਂਸ ਮਿਲਿਆ ਜਿਹਨੂੰ, ਮੈਨੂੰ ਬਹੁਤ ਪਿਆਰਾ ਸੌਂਗ ਲੱਗਦਾ ਉਹ। ਅਤੇ ਉਹ ਹੋ ਗਿਆ, ਰਫਲਾਂ ਹੋ ਗਿਆ, ਐਂਟੀਨਾ ਹੋ ਗਿਆ, ਰਵਿੰਦਰ ਕਾਲੋ ਜੀ ਦਾ ਗੁੱਡੀ, ਦੈਨ ਉਸ ਤੋਂ ਬਾਅਦ ਇੱਕ ਹੋਰ ਉਹਨਾਂ ਦਾ ਸੌਂਗ ਸੀ ਹੀਰੋ, ਐਂਡ ਬੜੇ ਸੌਂਗਸ ਕੀਤੇ ਨੇ ਜਿਹੜੇ ਮੈਨੂੰ ਖੁਦ ਯਾਦ ਵੀ ਨਹੀਂ ਆ ਰਹੇ ਕਿ ਕਿਹੜੇ ਨੇ, ਅਤੇ ਇਹ ਮੇਨ ਸੌਂਗ ਹੈ ਜਿਹੜੇ। ਇੱਕ ਖਾਸੀਅਤ ਮੈਂ ਈਸ਼ਾ ਦੀ ਹੋਰ ਦੱਸਣਾ ਚਾਹਾਂਗਾ ਜਿਹੜਾ ਸ਼ਾਇਦ ਹੋਰ ਲੋਕਾਂ ਨੇ ਨੋਟ ਨਾ ਕੀਤੀ ਹੋਵੇ ਪਰ ਮੈਂ ਨੋਟ ਕੀਤੀ ਆ, ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵਿਟ ਰਹਿੰਦੇ ਨੇ, ਐਕਟਿਵ ਰਹਿੰਦੇ ਨੇ ਸੋਸ਼ਲ ਮੀਡੀਆ 'ਤੇ, ਆਪਣੇ ਹਰ ਦਰਸ਼ਕ ਨੂੰ ਹਰ ਇੱਕ ਚਾਹੁਣ ਵਾਲੇ ਨੂੰ ਰਿਸਪੋਂਸ ਦਿੰਦੇ ਨੇ। ਖਾਸ ਕਰਕੇ ਮੈਂ ਵੀ ਕਈ ਵਾਰੀ ਕਮੈਂਟ ਕਰਦਾ ਹੁੰਦਾ, ਮੇਰੇ ਕਮੈਂਟ ਪੜ੍ਹਦੇ ਹੋਣੇ ਲੋਕ। ਈਸ਼ਾ, ਕਿੱਦਾਂ ਦਾ ਲੱਗਦਾ ਜਦੋਂ ਸੋਸ਼ਲ ਮੀਡੀਆ 'ਤੇ ਤੁਹਾਨੂੰ ਲੋਕ ਪਿਆਰ ਕਰਦੇ ਨੇ? ਐਕਚੁਅਲ 'ਚ ਮੈਂ ਜਿਹੜੀ ਮੇਰੀ ਈਸ਼ਾ ਅਰੋੜਾ ਦੇ ਨੇਮ ਤੋਂ ਮੇਰੀ ਫੇਸਬੁੱਕ ਆਈਡੀ ਹੈ, ਪੇਜ ਹੈ, ਅਤੇ ਜਿਨ੍ਹਾਂ ਨੂੰ ਬਹੁਤ ਲਾਈਕ ਕੀਤਾ ਗਿਆ, ਬਹੁਤ ਫੋਲੋਵਰਸ ਨੇ ਮੇਰੇ ਇੰਸਟਾਗ੍ਰਾਮ 'ਤੇ ਵੀ। ਬਟ ਖੁਸ਼ੀ ਪਤਾ ਕਿਤੇ ਹੁੰਦੀ ਹੈ ਜਦੋਂ ਅਸੀਂ ਜ਼ਿਆਦਾਤਰ ਲਾਈਵ ਹੁੰਦੇ ਹਾਂ, ਮੈਂ ਮੋਸਟਲੀ ਜ਼ਿਆਦਾਤਰ ਲਾਈਵ ਹੁੰਦੀ ਹਾਂ। ਟੋਟਲੀ ਮੈਨੂੰ ਸਾਰਿਆਂ ਕੋਈ ਗੱਲਾਂ ਸੁਣਨ ਨੂੰ ਮਿਲਦੀਆਂ ਕਿ ਈਸ਼ਾ ਅਰੋੜਾ ਪਤਾ ਨਹੀਂ ਕਿਉਂ ਇੰਨਾ ਲਾਈਵ ਹੁੰਦੇ, ਬਿਕੋਜ਼ ਮੈਨੂੰ ਨਾ ਇੱਕ ਫੈਨਸ ਦੇ ਵਿੱਚ, ਫੈਨਸ ਕਹਿ ਲਓ ਜਾਂ ਆਪਣੀ ਫੈਮਿਲੀ ਵਿੱਚ, ਇੱਕ ਲਾਈਵ ਹੋਣਾ ਬਹੁਤ ਹੀ ਵਧੀਆ ਗੱਲ ਲੱਗਦੀ ਹੈ। ਬਿਕੋਜ਼ ਮੈਨੂੰ ਲੱਗਦਾ ਜੋ ਮੈਂ ਆਪ ਇੰਜੋਏ ਕਰ ਰਹੀ ਹਾਂ, ਮੈਂ ਸਾਰਿਆਂ ਨੂੰ ਦਿਖਾਵਾਂ ਕਿ ਮੈਂ ਇੰਜੋਏ ਕਰ ਰਹੀ ਹਾਂ, ਤਾਂ ਤੁਸੀਂ ਵੀ ਮੇਰੇ ਨਾਲ ਇੰਜੋਏ ਕਰੋ ਜਿੰਨਾ ਮੈਂ ਕਰ ਰਹੀ ਹਾਂ। ਤਾਂ ਕਿ ਮੈਨੂੰ ਬਹੁਤ ਖੁਸ਼ ਹੁੰਦਾ ਜਦੋਂ ਨੀਚੇ ਕਮੈਂਟ ਆਉਂਦੇ ਪਿਆਰੇ ਪਿਆਰੇ ਦੇ, ਈਸ਼ਾ ਅਰੋੜਾ ਅੱਜ ਬਹੁਤ ਕਿਊਟ ਲੱਗ ਰਹੀ ਆ, ਇੱਦਾਂ ਉੱਦਾਂ ਬਹੁਤ ਪਿਆਰੇ ਲੱਗ ਰਿਹਾ, ਇੰਨਾ ਇੰਜੋਇਮੈਂਟ ਕਰ ਰਹੇ, ਤਦ ਕਰਕੇ ਮੈਨੂੰ ਲਾਈਵ ਹੋਣਾ ਵਧੀਆ ਲੱਗਦਾ, ਆਪਣੀ ਮਤਲਬ ਪੋਸਟ ਪਾਉਣਾ ਵਧੀਆ ਲੱਗਦਾ ਵਾ, ਬਿਕੋਜ਼ ਕਾਫੀ ਸਾਰੇ ਲਾਈਕਸ ਹੁੰਦੇ ਨੇ, ਅਤੇ ਉਸ ਤੋਂ ਬਾਅਦ ਇੰਨੇ ਪਿਆਰੇ ਪਿਆਰੇ ਕਮੈਂਟਸ ਆਉਂਦੇ ਮੇਰੇ ਫੈਨਸ ਦੇ ਵਿੱਚ, ਕਈ ਲਵਰਸ ਵੀ ਹੁੰਦੇ ਨੇ ਜਿਨ੍ਹਾਂ ਦੇ ਰਿਪਲਾਈ ਨਹੀਂ ਵੀ ਕਰ ਸਕਦੇ ਅਸੀਂ। ਲਵਰਸ ਵੀ ਹੁੰਦੇ ਨੇ? ਬਿਲਕੁਲ ਬਿਲਕੁਲ, ਕਾਫੀ ਫੈਨ ਫੋਲੋਇੰਗ, ਬ੍ਰਦਰਹੁੱਡ, ਲਵਰਸ ਸਭ ਹੁੰਦੇ ਨੇ ਬਹੁਤ ਜ਼ਿਆਦਾ। ਅੱਛਾ, ਕੱਲ੍ਹ ਪਰਸੋਂ ਵੀ ਇੱਕ ਪੋਸਟ ਪਾਈ ਸੀ, ਕਾਫੀ ਸ਼ੌਕ ਸੀ ਜੋ, ਮੈਂ ਵੀ ਸ਼ੌਕ ਹੋ ਗਿਆ ਸੀ ਇੱਕ ਵਾਰੀ। ਅੱਛਾ, ਕਈ ਵਾਰੀ ਜਿੱਥੇ ਐਕਟੀਵਿਟੀ ਹੁੰਦੀਆਂ ਨੇ ਉੱਥੇ ਨੈਗੇਟਿਵਿਟੀ ਵੀ ਹੁੰਦੀਆਂ ਨੇ, ਹੈ ਨਾ, ਲੋਕ ਜਿੱਥੇ ਤੁਹਾਨੂੰ ਪਸੰਦ ਕਰਦੇ ਨੇ ਉੱਥੇ ਨਾ ਪਸੰਦ ਵੀ ਕਰਦੇ ਨੇ, ਉਹਨਾਂ ਦੇ ਵਿੱਚ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਜਦੋਂ ਜਿਹੜੇ ਲੋਕ ਪਸੰਦ ਨਹੀਂ ਕਰਦੇ ਤੁਹਾਨੂੰ ਉਹ ਕਿਸ ਟਾਈਪ ਦੇ ਲੋਕ ਹੁੰਦੇ ਨੇ? ਕਈ ਆਪਣੇ ਹੁੰਦੇ ਜੀ, ਦੇਖੋ ਜੀ, ਆਪਾਂ ਨੂੰ ਕੋਈ ਲਵ ਕਰਦੇ, ਲਵਰਸ ਵੀ ਹੁੰਦੇ ਆਪਣੇ, ਅਤੇ ਕਈ ਹੇਟਰਸ ਵੀ ਹੁੰਦੇ ਆ। ਲਵਰਸ ਤਾਂ ਚਲੋ ਸਾਨੂੰ ਬਹੁਤ ਹੀ ਪਸੰਦ ਆ, ਜਿਹੜੇ ਸਾਨੂੰ ਪਿਆਰ ਕਰਦੇ, ਆਪਣੀ ਇੰਨੀ ਸਪੋਰਟ ਕਰਦੇ, ਹੈ ਨਾ। ਬਟ ਹੇਟਰਸ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਵਾਸਤੇ ਵੀ ਕੋਈ ਸ਼ਬਦ ਯੂਜ਼ ਕਰਨਾ ਵਧੀਆ ਗੱਲ ਰਹੂਗੀ, ਬਿਕੋਜ਼ ਜਿਨ੍ਹਾਂ ਨੇ ਕੁਛ ਆਪ ਨਹੀਂ ਕਰਨਾ ਉਹਨਾਂ ਨੇ ਦੂਜਿਆਂ ਨੂੰ ਦੇਖ ਕੇ ਸੜਨਾ ਹੀ ਹੁੰਦਾ, ਜੈਲਸੀ ਉਹਨਾਂ ਨੇ ਖਾਣੀ ਖਾਣੀ ਆ। ਇਸ ਕਰਕੇ ਆਪਣਾ ਕੰਮ ਕਰੋ, ਕੋਈ ਹੇਟਰਸ ਨਾਲ ਲੈਣਾ ਦੇਣਾ ਨਹੀਂ ਹੈਗਾ ਕਿ ਯਾਰ ਤੁਸੀਂ ਰੱਖੋ ਜਾਂ ਨਾ ਰੱਖੋ, ਆਪਾਂ ਸਾਰਿਆਂ ਨੂੰ ਲਾਈਕ ਕਰਦੇ ਹਾਂ, ਠੀਕ ਆ, ਆਪਾਂ ਸਾਨੂੰ ਸਾਡੇ ਵਾਸਤੇ ਸਾਰੇ ਇੱਕੋ ਜਿਹੇ ਆ। ਬਟ ਜੇ ਆਪਾਂ ਹੇਟਰਸ ਦੀ ਗੱਲ ਕਰੀਏ ਤਾਂ ਉਹਨਾਂ ਵਾਸਤੇ ਨੋ ਵਰਡਸ, ਕਿਉਂਕਿ ਉਹ ਖੁਦ ਕੁਛ ਨਹੀਂ ਕਰਦੇ, ਅਤੇ ਕਿਸੇ ਦੀ ਤਰੱਕੀ ਵੇਖ ਕੇ ਉਹ ਖੁਦ ਜੈਲਸ ਹੁੰਦੇ ਆ। ਸੋ ਮੈਨੂੰ ਨਹੀਂ ਲੱਗਦਾ ਕੋਈ ਇਹਨਾਂ ਵਾਸਤੇ ਵਰਡ ਬੋਲਣੇ ਵੀ ਚਾਹੀਦੇ ਨੇ। ਬਹੁਤ ਵਧੀਆ ਵਿਚਾਰ ਨੇ, ਪਰ ਇੱਕ ਗੱਲ ਅਸੀਂ ਦਰਸ਼ਕਾਂ ਨੂੰ ਦੱਸਣੀ ਚਾਹਾਂਗੇ ਕਿ ਜਿੱਥੇ ਲੋਕ ਨਾ ਪਸੰਦ ਕਰਨ ਵਾਲੇ ਨਾ ਹੋਣ ਉੱਥੇ ਬੰਦਾ ਤਰੱਕੀ ਨਹੀਂ ਕਰ ਸਕਦਾ, ਕਿਉਂਕਿ ਜਦੋਂ ਸਾਨੂੰ ਨਾ ਪਸੰਦ ਕਰਦੇ ਨੇ ਲੋਕ, ਸਾਡੀਆਂ ਗਲਤੀਆਂ ਕੱਢਦੇ ਨੇ, ਤਾਂ ਅਸੀਂ ਅਮੂਮਨ ਉੱਪਰ ਉੱਠਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਨੂੰ ਸੁਧਰਾਉਣ ਦੀ ਕੋਸ਼ਿਸ਼ ਕਰਦੇ ਹਾਂ। ਦੂਸਰੀ ਗੱਲ ਇਹ ਹੈ ਕਿ ਈਸ਼ਾ,
ਜਿਹੜਾ ਤੁਹਾਡਾ ਕੋਈ ਇਹੋ ਜਿਹਾ ਪ੍ਰੋਜੈਕਟ ਹੋਵੇ ਜਿਹੜਾ ਤੁਸੀਂ ਦੇਖਿਆ ਹੋਵੇ ਕਿ ਤੁਹਾਨੂੰ ਬਹੁਤ ਯਾਦਗਾਰੀ ਹੋਵੇ? ਯਾਦਗਾਰੀ ਬਹੁਤ ਸਾਰੇ ਪ੍ਰੋਜੈਕਟ ਨੇ, ਡਾਇਰੈਕਟਰ ਸੰਦੀਪ ਸ਼ਰਮਾ ਜੀ ਨੇ ਮੈਂ ਕਾਫੀ ਸਾਰੇ ਪ੍ਰੋਜੈਕਟ ਕੀਤੇ ਨੇ ਮੈਨੂੰ ਬਹੁਤ ਉਹਨਾਂ ਨਾਲ, ਸਭ ਤੋਂ ਜ਼ਿਆਦਾ ਅਗਰ ਕਹੀਏ ਤਾਂ ਇੱਕ ਆਹ ਤਿੰਨ ਚੀਜ਼ਾਂ ਹੀ ਨੇ, ਫਰੇਮ ਸਿੰਘ, ਡਾਇਰੈਕਟਰ ਸੰਦੀਪ ਸ਼ਰਮਾ ਅਤੇ ਪੁਰਾਣੀ ਆਰਟ। ਮਤਲਬ ਪੁਰਾਣੀ ਆਰਟ ਵਾਲਿਆਂ ਨਾਲ ਤਾਂ ਆਪਣਾ ਇੰਨਾ ਕੁ ਫਰੈਂਡ ਸਰਕਲ ਆ, ਬਹੁਤ ਮਜ਼ਾ ਆਉਂਦਾ ਉਹਨਾਂ ਦਾ ਸ਼ੂਟ ਕਰਕੇ, ਇੰਨੀਆਂ ਸਾਰੀਆਂ ਸਾਡੀਆਂ ਮੈਮਰੀਜ਼ ਨੇ ਉਹਨਾਂ ਨਾਲ। ਔਸਮ ਆ ਜਦੋਂ ਸ਼ੂਟ ਆਉਂਦਾ ਨਾ, ਓਬਵੀਅਸਲੀ ਸਾਨੂੰ ਰਾਤ ਦੇ ਵੇਲੇ ਕਾਲਿੰਗ ਟਾਈਮ ਹੁੰਦਾ ਸਾਡਾ, ਆ ਗਿਆ ਜੀ ਸ਼ੂਟ ਆ ਗਿਆ, ਨੈਕਸਟ ਡੇ ਕਿਹਦਾ ਸ਼ੂਟ ਆ ਪੁਰਾਣੀ ਆਰਟ ਦਾ, ਚਲੋ ਯਾਰ ਕੋਈ ਗੱਲ ਨਹੀਂ ਕਰ ਲਾਂਗੇ, ਅਗਰ ਹੋਰ ਕੋਈ ਕਹੇ ਯਾਰ ਹਮ ਨਹੀਂ ਕਰ ਸਕਦੇ, ਨਹੀਂ ਅਸੀਂ ਨਹੀਂ ਕਰਨਾ ਯਾਰ, ਜਾਂ ਡਾਇਰੈਕਟਰ ਸੰਦੀਪ ਸ਼ਰਮਾ ਜੀ ਦਾ, ਅਸੀਂ ਬਹੁਤ ਖੁਸ਼ ਹੋ ਗਏ ਅੱਗੋਂ ਕਹੀਦਾ ਵੀ ਸਾਡਾ ਸ਼ੂਟ ਆ ਗਿਆ ਇੱਦਾਂ ਦਾ। ਮਤਲਬ ਸ਼ੂਟ ਆਉਣ 'ਤੇ ਇੱਕ ਕੰਮ ਆਵੇ ਬੰਦੇ ਨੂੰ, ਓਬਵੀਅਸਲੀ ਉਹ ਬੰਦਾ ਖੁਸ਼ ਹੁੰਦਾ ਹੀ ਹੁੰਦਾ ਵਾ। ਇਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੁੰਦੇ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਫੇਸ ਟੂ ਫੇਸ ਪ੍ਰੋਗਰਾਮ ਲੈ ਕੇ। ਤਦ ਤੱਕ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ। ਬਹੁਤ ਬਹੁਤ ਧੰਨਵਾਦ ਅਤੇ ਫੇਸ ਟੂ ਫੇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਈਸ਼ਾ ਅਰੋੜਾ ਸਾਡੇ ਨਾਲ ਬਣੇ ਹੋਏ ਨੇ। ਈਸ਼ਾ ਅਰੋੜਾ, ਜਿਹੜੇ ਤੁਹਾਡੇ ਵੀਡੀਓਜ਼ ਆ ਰਹੇ ਨੇ ਅਪਕਮਿੰਗ ਨੇ, ਉਹਨਾਂ ਦੇ ਵਿੱਚ ਕੁਝ ਵੀਡੀਓ ਜਿਹੜੇ ਤੁਸੀਂ ਸਾਡੇ ਦਰਸ਼ਕ ਨੇ ਉਹਨਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਤੁਹਾਨੂੰ ਜਦੋਂ ਇੰਟਰਵਿਊ ਦੇਖਣ ਅਤੇ ਨਾਲ ਨਾਲ ਉਹ ਵੀਡੀਓ ਵੀ ਦੇਖਣ ਦੀ ਆਸ ਉਹਨਾਂ ਦੇ ਮਨ ਦੇ ਵਿੱਚ ਬੈਠ ਜਾਵੇ। ਜੀ ਜੀ, ਮੈਂ ਸੌਂਗ ਕੀਤਾ ਇਸ਼ਕ, ਸਿੰਗਰ ਦਾ ਨੇਮ ਹੈ ਉਮੀਦ, ਅਤੇ ਕੀਤਾ ਹੈ ਡਾਇਰੈਕਟ ਜਿਹਨੇ ਕੀਤਾ ਫਿਲਮੀ ਕੀੜੇ, ਕ੍ਰਿਸ਼ਨਾ ਅਰੋੜਾ ਅਤੇ ਰਮੇਸ਼ ਸਵਾਮੀ ਜੀ ਨੇ। ਬਹੁਤ ਵਧੀਆ ਵਰਕ ਆ, ਬਹੁਤ ਪਿਆਰਾ ਸੌਂਗ ਆ, ਸੂਫੀ ਸੌਂਗ ਆ, ਅਤੇ ਮੇਰੇ ਖਿਆਲ ਨਾਲ ਉਹ ਮਸਟ ਵਾਚ ਦੇਖਣਾ ਚਾਹੀਦਾ ਸਾਰਿਆਂ ਨੂੰ। ਉਸ ਤੋਂ ਬਾਅਦ ਨੇਹਾ ਕੱਕੜ ਮੈਮ ਨੇ ਛੱਲਾ, ਦੈਨ ਗਗਨ ਗੀ ਤਾਜ ਨਾ ਹੈਗਾ ਵਾ 5 ਸਾਲ, ਉਸ ਤੋਂ ਬਾਅਦ ਇੱਕ ਹੋਰ ਬ੍ਰਾਈਡਲ ਸੌਂਗ ਕੀਤਾ ਜਿਸ 'ਚ ਬ੍ਰਾਈਡਲ ਦਾ ਵਾ, ਬਹੁਤ ਪਿਆਰਾ ਸੌਂਗ ਆ ਵੀ, ਅਤੇ ਜਿਨ੍ਹਾਂ ਦੇ ਡਾਇਰੈਕਟਰ ਸੁਧਾਂਸ਼ੂ ਸ਼ਰਮਾ ਜੀ ਨੇ, ਅਤੇ ਇਹ ਅਪਕਮਿੰਗ ਨੇ। ਹੋਰ ਵੀ ਬੜੇ ਸਾਰੇ ਨੇ ਬਟ ਯਾਦ ਨਹੀਂ ਹੈ ਕਿ ਕਿਹੜੇ ਕਿਹੜੇ ਹੈਗੇ ਨੇ। ਕੁਝ ਸ਼ੋਜ਼ ਜਿਹੜੇ ਨੇ ਡੇਲੀ ਅਸੀਂ ਦੇਖਦੇ ਹਾਂ, ਫਲਾਣਾ ਸ਼ੋ ਮਾਡਲਿੰਗ ਸ਼ੋ ਹੋ ਰਿਹਾ ਹੈ, ਇੱਥੇ ਕਈ ਤਰ੍ਹਾਂ ਦੇ ਸਾਨੂੰ ਜਿਹੜੇ ਅਸੀਂ ਨਿਊਜ਼ ਮੀਡੀਆ ਵਾਲੇ ਹਾਂ ਸਾਨੂੰ ਪਤਾ ਲੱਗਦਾ ਕਿ ਜਿਹੜੇ ਮਾਡਲ ਨੇ ਸਿਰਫ ਉਹਨਾਂ ਨੂੰ ਯੂਜ਼ ਕੀਤਾ ਜਾਂਦਾ, ਕਿ ਇਹੋ ਜਿਹੇ ਤੁਸੀਂ ਮੰਨਦੇ ਹੋ ਕਿ ਜਿਹੜੇ ਸ਼ੋਜ਼ ਹੋਣੇ ਚਾਹੀਦੇ ਨੇ ਤਕਰੀਬਨ ਉਹਨਾਂ ਨੂੰ ਹੋਣਾ ਚਾਹੀਦਾ ਕਿ ਕਿਸੇ ਨੂੰ ਪਲੇਟਫਾਰਮ ਜ਼ਰੂਰ ਮਿਲੇ ਉੱਥੋਂ ਦਾ? ਮੇਰੇ ਖਿਆਲ ਨਾਲ ਸ਼ੋਜ਼ ਉਹੀ ਹੋਣੇ ਚਾਹੀਦੇ ਜਿਹੜੇ ਪਲੇਟਫਾਰਮ ਦੇ ਸਕਣ ਕਿਸੇ ਨੂੰ। ਓਬਵੀਅਸਲੀ ਕੋਈ ਫਾਲਤੂ ਸ਼ੋਅ ਕਰਵਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਇੱਥੇ ਆਪਣੇ ਅੰਮ੍ਰਿਤਸਰ 'ਚ ਇੰਨੇ ਸ਼ੋਜ਼ ਹੁੰਦੇ ਨੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਆ, ਸਿਰਫ ਆਪਣੀ ਇੱਕ ਕਮਾਈ ਦਾ ਸਾਧਨ ਬਣਾਇਆ ਹੋਇਆ ਉਹਨਾਂ ਨੇ, ਯਾਰ ਮੁੰਡੇ ਵੀ ਆ ਜਾਣ 1500 ਮੁੰਡੇ ਦੀ ਐਂਟਰੀ ਆ, ਕੁੜੀ ਵੀ ਆ ਜਾਏ 500 ਦੀ ਐਂਟਰੀ ਆ, ਉਸ ਤੋਂ ਬਾਅਦ ਕੀ ਕਰਦੇ ਨੇ ਸਟੇਜ 'ਤੇ ਚਾੜਦੇ ਨੇ, ਕੋਈ ਵੈਲਿਊ ਨਹੀਂ, ਟਰੋਫੀ ਦੇ ਦਿੰਦੇ ਨੇ ਆਪਣੀ ਅਤੇ ਬੈਨ ਦੇ ਦਿੱਤਾ ਯੇ ਵੋ, ਉਹਦਾ ਕੋਈ ਮਤਲਬ ਨਹੀਂ ਆ। ਤੁਸੀਂ ਅਗਰ ਕਿਸੇ ਨੂੰ ਪ੍ਰਮੋਟ ਕਰਨਾ ਜਾਂ ਉਹਨੂੰ ਵਿਨਿੰਗ ਕਰਨ ਦੇ ਹੋ, ਮੇਰੇ ਖਿਆਲ ਨਾਲ ਉਹਨੂੰ ਪ੍ਰਮੋਟ ਕਰਨਾ ਚਾਹੀਦਾ। ਸਭ ਤੋਂ ਪਹਿਲੀ ਗੱਲ, ਉਹਨੂੰ ਪ੍ਰਮੋਟ ਕਰੋ, ਠੀਕ ਆ, ਉਹਨੂੰ ਇੱਕ ਪਲੇਟਫਾਰਮ ਦਿਉ ਤਾਂ ਕਿ ਅੱਗੇ ਉਹ ਅਗਲਾ ਬੰਦਾ ਅੱਗੇ ਜਾ ਸਕੇ। ਕੋਈ ਫਾਇਦਾ ਨਹੀਂ ਆ ਸ਼ੋਜ਼ ਕਰਾਉਣ ਦਾ ਮੇਰੇ ਖਿਆਲ ਨਾਲ, ਵਧੀਆ ਸ਼ੋਜ਼ ਕਰੋ ਨਹੀਂ ਤਾਂ ਨਾ ਕਰੋ। ਸੋ ਸ਼ੋਜ਼ ਦੀ ਗੱਲ ਵੀ ਸਾਡੇ ਧਿਆਨ ਦੇ ਵਿੱਚ ਲਗਾਤਾਰ ਆਉਂਦੀ ਰਹਿੰਦੀ ਹੈ, ਅਤੇ ਮੇਰੇ ਖਿਆਲ ਨਾਲ ਬੈਟਰ ਜਿਹੜਾ ਜਵਾਬ ਹੈ ਉਹ ਉਹੀ ਦੇ ਸਕਦਾ ਜਿਹੜਾ ਪਾਰਟੀਸਪੇਟ ਕਰਦਾ ਹੋਵੇ, ਅਤੇ ਪਾਰਟੀਸਪੇਟ ਈਸ਼ਾ ਨੇ ਕਾਫੀ ਸ਼ੋਜ਼ ਦੇ ਵਿੱਚ ਐਜ਼ ਏ ਜੱਜ, ਐਜ਼ ਏ ਮਾਡਲ, ਐਜ਼ ਏ ਮਿਸ ਪੰਜਾਬਨ, ਮਿਸ ਅੰਮ੍ਰਿਤਸਰ, ਮਿਸ ਇੰਡੀਆ, ਮਿਸ ਸੁਪਰ ਮਾਡਲ, ਪਤਾ ਨਹੀਂ ਕਿੰਨੇ ਕੁ ਜਿਹੜੇ ਸ਼ੋਜ਼ ਨੇ ਉਹਦੇ ਵਿੱਚ ਹਿੱਸਾ ਲੈ ਚੁੱਕੀ ਹੈ। ਅਤੇ ਉਹਨੇ ਦੱਸ ਹੀ ਦਿੱਤਾ ਈਸ਼ਾ ਨੇ ਕਿ ਜਿਹੜੇ ਸ਼ੋਜ਼ ਨੇ ਜ਼ਿਆਦਾਤਰ ਸ਼ੋਜ਼ ਦੇ ਵਿੱਚ ਮਾਡਲ ਨੂੰ ਯੂਜ਼ ਕੀਤਾ ਜਾਂਦਾ, ਸਿਰਫ ਇੰਨਾ ਕਿ ਉਹਨਾਂ ਦੀ ਦਿੱਖ ਦਿਖਾ ਕੇ ਉਹਨਾਂ 'ਤੇ ਉਹ ਸ਼ੋਜ਼ ਦੇ ਵਿੱਚ ਕਮਾਈ ਕੀਤੀ ਜਾਂਦੀ ਹੈ। ਸੋ ਮੇਰੀ ਉਹ ਸ਼ੋਅ ਮੇਕਰ ਨੂੰ ਰਿਕੁਐਸਟ ਹੈ ਕਿ ਥੋੜ੍ਹਾ ਸ਼ੋਅ ਉਹੀ ਜਿਹੜਾ ਉਹ ਕੀਤਾ ਜਾਵੇ ਜਿਹਦੇ ਵਿੱਚ ਮਾਡਲ ਨੂੰ ਵੀ ਕੁਝ ਬੈਨੀਫਿਟ ਹੋ ਸਕੇ। ਅਗਲਾ ਸਵਾਲ ਹੈ ਕਿ
ਤੁਸੀਂ ਗਾਣਾ ਬਹੁਤ ਵਧੀਆ ਗਾਉਂਦੇ ਹੋ ਕਹਿੰਦੇ। ਥੈਂਕ ਯੂ। ਅਤੇ ਸੁਣਨਾ ਚਾਹਾਂਗੇ ਕੋਈ ਗਾਣਾ ਵੀ ਸੁਣਾ ਦਿੰਦੇ ਹਾਂ, ਬਿਕੋਜ਼ ਉਸ ਤੋਂ ਪਹਿਲੇ ਮੈਂ ਦੱਸਣਾ ਚਾਹੁੰਦੀ ਹਾਂ, ਮੈਂ ਸ਼ਾਇਦ ਆਪਣਾ ਸਿੰਗਲ ਟਰੈਕ ਵੀ ਕਰਾਂਗੀ ਜਲਦੀ, ਬਟ ਸਭ ਤੋਂ ਪਹਿਲੇ ਜਿਹੜੇ ਮੇਰੇ ਆਪਣਾ ਮਾਡਲਿੰਗ ਵੱਲ ਜ਼ਿਆਦਾ ਹਜੇ ਧਿਆਨ ਆ ਕਿ ਮੇਰਾ ਮਾਡਲਿੰਗ ਵੱਲ ਥੋੜ੍ਹਾ ਪੈਸ਼ਨ ਜਿਹੜਾ ਜ਼ਿਆਦਾ ਵੱਧ ਜਾਵੇ, ਤਾਂ ਕਿ ਜਿਹੜੇ ਸੌਂਗ ਆਉਣ ਵਾਲੇ ਪਹਿਲੇ ਉਹ ਆ ਜਾਣ, ਕਿਉਂਕਿ ਮੈਂ ਕੋਈ ਸਿੰਗਿੰਗ ਸਿੱਖੀ ਨਹੀਂ ਹਾਂ, ਮੈਂ ਹਜੇ ਪਹਿਲੇ ਸਿੰਗਿੰਗ 'ਤੇ ਜ਼ੋਰ ਪਾਉਣਾ ਚਾਹੁੰਦੀ ਹਾਂ, ਅਤੇ ਹਜੇ ਮੈਂ ਰਾਈਟਰਸ ਕੋ ਲੱਭਣ ਨਹੀਂ ਹਾਂ ਕਿ ਮਤਲਬ ਕੋਈ ਸੌਂਗ ਮੈਨੂੰ ਵਧੀਆ ਮਿਲ ਜਾਵੇ ਜਿਹਦੇ ਨਾਲ ਮਤਲਬ ਮੇਰੇ ਫੈਨਸ ਵੀ ਇੰਪ੍ਰੈਸ ਹੋਣ ਅਤੇ ਮੈਨੂੰ ਵੀ ਲੱਗੇ ਕਿ ਯਾਰ ਹਾਂ ਵੀ ਕਿਸੇ ਨੇ ਕੋਈ ਸੌਂਗ ਕੱਢਿਆ ਵਾ। ਅਤੇ ਸੌਂਗ ਤੁਹਾਨੂੰ ਮੈਂ ਸੁਣਾ ਦੂੰਗੀ, ਉਸ ਤੋਂ ਪਹਿਲੇ ਤੁਸੀਂ ਆਪਣੀ ਪਹਿਲੇ ਗੱਲਬਾਤ ਕਰ ਲਓ ਜਿਹੜੀ ਕਹਿੰਦੇ ਜੀ। ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਹੀ ਰਹਿਣਾ ਹੈ, ਕਿਉਂਕਿ ਗੱਲਾਂ ਬਾਤਾਂ ਹੀ ਕਰਨਾ ਹੈ ਅੱਜ ਈਸ਼ਾ ਦੇ ਨਾਲ ਅਸੀਂ, ਅਤੇ ਮੇਰੇ ਖਿਆਲ ਨਾਲ ਈਸ਼ਾ ਹੁਣ ਸਾਨੂੰ ਸੌਂਗ ਸੁਣਾ ਦੇਣਾ ਚਾਹੀਦਾ, ਦਰਸ਼ਕ ਵੇਟ ਕਰ ਰਹੇ ਨੇ ਸਾਡੇ, ਮੈਂ ਦੇਖ ਰਿਹਾ, ਮੈਨੂੰ ਲੱਗ ਰਿਹਾ ਕਿ ਜਿਹੜੇ ਸਾਨੂੰ ਦੇਖ ਰਹੇ ਨੇ ਉਹ ਦਰਸ਼ਕਾਂ ਦੇ ਦਿਲ ਦੇ ਵਿੱਚ ਮਤਲਬ ਵੀ ਖਿਆਲ ਆ ਰਿਹਾ ਕਿ ਜਲਦੀ ਜਲਦੀ ਈਸ਼ਾ ਕੁਝ ਗਾ ਕੇ ਦਿਖਾਵੇ, ਅਸੀਂ ਆਵਾਜ਼ ਸੁਣ ਲਈਏ ਈਸ਼ਾ ਦੀ, ਕੋਈ ਰੋਮੈਂਟਿਕ ਜਾਂ ਵਧੀਆ ਜਿਹਾ ਸੌਂਗ ਸੁਣਾ ਦਿਉ ਜਿਹੜਾ ਮੈਂ ਵੀ ਸੁਣਦਾ ਰਹਾਂ ਬਾਅਦ ਵਿੱਚ। ਕਿਹੜਾ ਸੁਣਨਾ ਪਸੰਦ ਕਰੋਗੇ ਤੁਸੀਂ ਦੱਸੋ, ਕੋਈ ਸੁਣਾ ਦਿਓ ਹੁਣ, ਮੈਨੂੰ ਪਤਾ ਨਹੀਂ ਤੁਹਾਨੂੰ ਕਿਹੜਾ ਜ਼ਿਆਦਾ ਵਧੀਆ ਲੱਗਦਾ। ਸਾਰੇ ਓਕੇ ਨੇ, ਤੁਸੀਂ ਦੱਸੋ ਕਿਹੜਾ ਸੁਣਨਾ ਤੁਸੀਂ। ਚਲੋ ਮੈਂ ਆਪਣਾ ਸੁਣਾਉਂਦੀ ਇੱਕ ਵਧੀਆ ਜਿਹਾ ਸੌਂਗ ਜਿਹੜਾ ਮੇਰਾ ਫੇਵਰੇਟ। ਹਾਂਜੀ। ਤੁਮੇ ਦਿਲ ਲਗੀ ਭੂਲ ਜਾਣੀ ਪੜੇਗੀ, ਮੁਹੱਬਤ ਕੀ ਰਾਹੋਂ ਮੈਂ ਆ ਕਰ ਤੋ ਦੇਖੋ, ਤੁਮੇ ਦਿਲ ਲਗੀ ਭੂਲ ਜਾਣੀ ਪੜੇਗੀ, ਮੁਹੱਬਤ ਕੀ ਰਾਹੋਂ ਮੈਂ ਆ ਕਰ ਤੋ ਦੇਖੋ। ਥੈਂਕ ਯੂ। ਬਹੁਤ ਸੁਰੀਲੀ, ਬਹੁਤ ਹੀ ਮਿੱਠੀ ਆਵਾਜ਼ ਹੈ, ਮੈਂ ਤਾਂ ਦੋ ਤਿੰਨ ਵਾਰੀ ਇਹਨੂੰ ਹੀ ਰਿਪੀਟ ਕਰਕੇ ਸੁਣ ਲਵਾਂਗਾ, ਭਾਵੇਂ ਰਿਲੀਜ਼ ਜਿਹੜੀ ਹੈ ਅਸੀਂ ਇੰਟਰਵਿਊ ਬਾਅਦ 'ਚ ਕਰਾਂਗੇ, ਦੋ ਤਿੰਨ ਵਾਰੀ ਜ਼ਰੂਰ ਸੁਣਾਂਗਾ। ਈਸ਼ਾ ਤੁਸੀਂ ਇਹ ਦੱਸੋ ਕਿ ਮਾਡਲ ਬਣਨ ਵਾਸਤੇ ਕੀ ਖਾਸ ਜਿਹੜੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਨੇ? ਮਾਡਲ ਬਣਨ ਵਾਸਤੇ ਮੈਨੂੰ ਨਹੀਂ ਲੱਗਦਾ ਕੋਈ ਖਾਸ ਤਿਆਰੀਆਂ ਕਰਨੀਆਂ ਚਾਹੀਦੀਆਂ ਵੀ ਹੈ, ਬਟ ਹਾਂ ਮੇਨ ਇੱਕ ਮਾਡਲ ਵਾਸਤੇ ਜਾਂ ਇੱਕ ਐਕਟ੍ਰੈਸ ਵਾਸਤੇ ਉਹਨੂੰ ਐਕਟਿੰਗ ਵਾਸਤੇ ਪ੍ਰਿਪੇਅਰ ਹੋਣਾ ਬਹੁਤ ਵੱਡੀ ਗੱਲ ਆ। ਇੱਕ ਤਾਂ ਉਹਨੂੰ ਆਪਣੇ ਫੇਸ 'ਤੇ ਪੂਰਾ ਫੋਕਸ ਕਰਨਾ ਪੈਣਾ ਕਿ ਯਾਰ ਉਹ ਅਗਰ ਧੁੱਪ 'ਚ ਜਾ ਰਿਹਾ ਤਾਂ ਇਹ ਨਹੀਂ ਕਿ ਉਹਨੂੰ ਮਤਲਬ ਖੁੱਲ੍ਹਾ ਹੀ ਛੱਡਿਆ ਹੋਵੇ ਫੇਸ ਨੂੰ, ਮਤਲਬ ਉਹਨੂੰ ਬੰਨਣਾ ਚਾਹੀਦਾ ਕਿ ਤਾਂ ਕਿ ਇੱਕ ਮਾਡਲ ਨੂੰ। ਪਹਿਲੀ ਗੱਲ ਤਾਂ ਜਦੋਂ ਬਾਹਰ ਜਾਓ ਓਬਵੀਅਸਲੀ ਲੋਕ ਬਹੁਤ ਦੇਖਦੇ ਨੇ, ਲੋਕਾਂ ਦੀਆਂ ਨਿਗਾਹਾਂ ਹੀ ਬੜੀਆਂ ਖਾਂਦੀਆਂ ਮਾਡਲਸ ਨੂੰ, ਪਹਿਲੀ ਗੱਲ ਤਾਂ ਇਹ ਹੈ ਉਹਨੂੰ ਕਵਰ ਕਰਕੇ ਜਾਣਾ ਚਾਹੀਦਾ, ਕਿਉਂਕਿ ਸਾਨੂੰ ਜਿੱਥੋਂ ਮਤਲਬ ਜਿਹੜਾ ਸਾਡਾ ਪੈਸ਼ਨ ਆ ਉਹ ਸਾਰਾ ਫੇਸ 'ਤੇ ਆ, ਫੇਸ ਦੇ ਅਕੋਰਡਿੰਗ ਆ, ਆਪਣੇ ਫੇਸ ਦੀ ਸਾਨੂੰ ਸੰਭਾਲ ਰੱਖਣੀ ਚਾਹੀਦੀ ਪਹਿਲੇ ਮੇਰੇ ਖਿਆਲ ਨਾਲ। ਨੋ ਜਿਮਿੰਗ ਦੀ ਲੋੜ ਆ, ਨੋ ਕੁਝ ਫਿੱਟ, ਉੱਦਾਂ ਹੀ ਕੁੜੀਆਂ ਅੱਜ ਕੱਲ੍ਹ ਦੀਆਂ ਬਹੁਤ ਨੇ, ਆਪਣੇ ਫੇਸ 'ਤੇ ਥੋੜ੍ਹਾ ਜਿਹਾ ਧਿਆਨ ਦੇਣ ਅਤੇ ਆਪਣੀ ਐਕਟਿੰਗ ਵੱਲ, ਐਕਟਿੰਗ ਸਕਿੱਲਸ ਥੋੜ੍ਹੀਆਂ ਪ੍ਰੀਪੇਅਰ ਕਰਨ ਤਾਂ ਕਿ ਕੋਈ ਵੀ ਕੱਲ੍ਹ ਨੂੰ ਕੋਈ ਗੱਲ ਨਾ ਕਹਿ ਸਕੇ। ਇਸ ਕਰਕੇ ਮੇਨ ਇੰਪੋਰਟੈਂਟ ਚੀਜ਼ ਆ ਜਿਹੜੀ ਮਤਲਬ ਮਾਡਲ ਦੇ ਵਿੱਚ ਹੋਣੀ ਚਾਹੀਦੀ ਮੇਰੇ ਖਿਆਲ ਨਾਲ। ਆਉਣ ਵਾਲੇ ਸਮੇਂ ਦੇ ਵਿੱਚ ਪਲੈਨਿੰਗ ਕੋਈ ਫਿਲਮ ਦੀ, ਕੋਈ ਆਫਰ? ਨਹੀਂ ਹਜੇ ਕੋਈ ਫਿਲਮ ਦੀ ਨਹੀਂ ਹੈ, ਬਟ ਹਾਂ ਮੈਂ ਮੂਵੀ ਕੀਤੀ ਆ ਕਿਰਦਾਰ ਏ ਸਰਦਾਰ, ਜੋ ਕਿ ਰਿਲੀਜ਼ ਹੋਣ ਵਾਲੀ ਆ ਮੇਨ ਮਾਡਲ ਨਬਾ ਵਿੱਚ, ਅਤੇ ਮੇਰਾ ਇੱਕ ਕਰੈਕਟਰ ਆ ਛੋਟਾ ਜਿਹਾ, ਪਲੀਜ਼ ਸਭ ਜ਼ਰੂਰ ਦੇਖਣਾ ਉਹ ਕਰੈਕਟਰ। ਉਸ ਤੋਂ ਬਾਅਦ ਹੋਰ ਮੂਵੀਜ਼ ਨੇ ਬਟ ਜਲਦੀ ਆਉਣਗੇ, ਹਜੇ ਕੋਈ ਫਾਈਨਲ ਨਹੀਂ ਆ। ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਸਿਰਫ ਔਰ ਸਿਰਫ ਇੱਕ ਹੋਰ ਸੌਂਗ ਛੋਟਾ ਜਿਹਾ ਸੁਣਾਂਗੇ ਈਸ਼ਾ ਦੇ ਕੋਲੋਂ, ਉਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਲਵਾਂਗੇ, ਪ੍ਰੋਗਰਾਮ ਫੇਸ ਟੂ ਫੇਸ ਦੇ ਵਿੱਚ। ਵੈਲਕਮ ਬੈਕ ਫੇਸ ਟੂ ਫੇਸ ਦੇ ਵਿੱਚ, ਅਤੇ ਈਸ਼ਾ ਅਰੋੜਾ ਸਾਡੇ ਨਾਲ, ਵਾਅਦਾ ਕੀਤਾ ਸੀ ਕਿ ਸਿਰਫ ਗਾਣਾ ਸੁਣਾਂਗੇ ਅਤੇ ਪੰਜਾਬੀ ਦੇ ਵਿੱਚ ਗਾਉਣਾਂਗੇ।
ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝ ਕੇ ਬੈਠਾ, ਮੈਂ ਸਭ ਸਮਝਦੀ ਹਾਂ ਜਵਾਕ ਸਮਝ ਕੇ ਬੈਠਾ। ਥੈਂਕ ਯੂ। ਬਸ ਇੰਨੀ ਕੁ ਲਾਈਨ। ਇਸ਼ਾ, ਦੂਸਰਾ ਸੌਂਗ ਜਿਹੜਾ ਤੁਸੀਂ ਸੁਣਾਉਂਦੇ ਹੋ, ਤੁਹਾਡੀ ਪਸੰਦ ਦਾ ਸੌਂਗ? ਇਹ ਮੇਰੇ ਮਤਲਬ ਬਹੁਤ ਰੂਹ ਨਾਲ ਅਟੈਚ ਹੈ, ਅਤੇ ਬੀਬਕ ਜੀ ਨੇ ਸੌਂਗ ਬੋਲਿਆ ਬਹੁਤ ਪਿਆਰਾ, ਜਿਹੜਾ ਮੈਨੂੰ ਬਹੁਤ ਪਸੰਦ ਆ, ਮੈਂ ਸੁਣਾਉਂਦੀ ਹਾਂ। ਵੇ ਮੈਥੋਂ ਤੇਰਾ ਮਨ ਭਰਿਆ, ਮਨ ਭਰਿਆ ਬਦਲ ਗਿਆ ਸਾਰਾ, ਤੂੰ ਮੈਨੂੰ ਛੱਡ ਜਾਣਾ, ਗੱਲਾਂ ਤੇਰੀਆਂ ਤੋਂ ਲੱਗਦਾ ਯਾਰਾ ਕਿ ਤੂੰ ਮੈਨੂੰ ਛੱਡ ਜਾਣਾ। ਯਾਰ ਭੁੱਲ ਗਿਆ ਸਾਰਾ। ਅਤੇ ਗਾਣਾ ਉਸਨੇ ਉਸ ਟਾਈਮ 'ਤੇ ਬੋਲਿਆ ਜਦੋਂ ਵਾਕਈ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈਣ ਵਾਲੇ ਹਾਂ, ਸਮਾਂ ਇਜਾਜ਼ਤ ਲੈਣ ਦਾ ਹੋ ਗਿਆ। ਅਤੇ ਸੌਂਗ ਵੀ ਜਿਹੜਾ ਈਸ਼ਾ ਬੋਲਿਆ ਉਹ ਬੇਸ਼ੱਕ ਬਹੁਤ ਢੁੱਕਵਾਂ ਸੌਂਗ ਬੋਲਿਆ ਕਿ ਪ੍ਰੋਗਰਾਮ ਤੋਂ ਇਜਾਜ਼ਤ ਲੈਣ ਦਾ। ਅਤੇ ਈਸ਼ਾ ਕੋਲੋਂ ਅਸੀਂ ਇੱਕ ਲਾਸਟ ਜਿਹੜਾ ਉਹ ਅਸੀਂ ਆਪਣੇ ਚੈਨਲ ਵਾਸਤੇ ਜਾਂ ਅਸੀਂ ਜਿਹੜੇ ਆਪਣੇ ਦਰਸ਼ਕ ਨੇ ਉਹਨਾਂ ਵਾਸਤੇ ਕੁਝ ਵਰਡ ਜਿਹੜੇ ਨੇ ਉਹਨਾਂ ਕੋਲ ਬਣਾਉਣੇ ਚਾਹਾਂਗੇ। ਈਸ਼ਾ, ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਸਾਡੇ ਵਿਊਵਰਸ ਦੇਖ ਰਹੇ ਨੇ ਉਹਨਾਂ ਨੂੰ? ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਵੀ ਜਿੱਦਾਂ ਇਹਨਾਂ ਨੇ ਮੇਰੀ ਇੰਟਰਵਿਊ ਲਿੱਤੀ ਆ, ਤੁਸੀਂ ਵੀ ਆਪਣੀਆਂ ਇੰਟਰਵਿਊਜ਼ ਦਿਓ ਇਹਨਾਂ ਨੂੰ, ਅਤੇ ਸਭ ਆਪਣਾ ਹੈਪੀ ਰਹਿਣ। ਸਭ ਮੇਨ ਗੱਲ ਆ, ਮੈਂ ਤੁਹਾਨੂੰ ਉਦੋਂ ਵੀ ਲਾਸਟ ਟਾਈਮ ਕਿਹਾ ਸੀ ਅਗਰ ਮੇਰੇ ਕੋਲ ਕਾਫੀ ਪੈਸਾ ਹੋਊਗਾ ਜਾਂ ਜਿਸ ਦਿਨ ਮੈਂ ਸਟਾਰ ਬਣ ਜਾਊਂਗੀ, ਓਬਵੀਅਸਲੀ ਹਜੇ ਮੈਂ ਕੁਛ ਵੀ ਨਹੀਂ ਹਾਂ, ਹਜੇ ਮੈਂ ਜ਼ੀਰੋ ਹਾਂ, ਅਤੇ ਜਿਸ ਦਿਨ ਮੈਂ ਸਟਾਰ ਬਣ ਜਾਊਂਗੀ ਉਸ ਦਿਨ ਮੈਂ ਬਹੁਤ ਲੋਕਾਂ ਦੀ ਹੈਲਪ ਕਰਨਾ ਚਾਹੂੰਗੀ ਤਾਂ ਕਿ ਮੇਰੀ ਰੂਹ ਨੂੰ ਖੁਸ਼ੀ ਮਿਲੇ। ਅਜੇ ਵੀ ਮੇਰੀ ਜਿੰਨੀ ਕੁ ਮੇਰੀ ਮੈਂ ਜਿੰਨਾ ਵੀ ਕਰ ਸਕਦੀ ਹਾਂ ਮੈਂ ਕਰਦੀ ਹਾਂ ਕਿਸੇ ਗਰੀਬ ਵਾਸਤੇ, ਕਿਸੇ ਵੀ ਵਾਸਤੇ, ਤਾਂ ਕਿ ਮੈਨੂੰ ਖੁਸ਼ੀ ਮਿਲੇ। ਮੈਂ ਉਹਨਾਂ ਦੀ ਖੁਸ਼ੀ ਲਈ ਨਹੀਂ, ਮੈਂ ਬਹੁਤ ਲਾਲਚੀ, ਮੈਂ ਆਪਣੀ ਖੁਸ਼ੀ ਵਾਸਤੇ ਆਪ ਕਰਦੀ ਹਾਂ ਕਿ ਮੈਂ ਉਹਨਾਂ ਦੀ ਹੈਲਪ ਕਰਦੀ, ਪਰ ਜਿਹਦੇ ਨਾਲ ਮੈਨੂੰ ਸੁਣਦਾ, ਮੈਨੂੰ ਬਹੁਤ ਖੁਸ਼ੀ ਹੁੰਦੀ ਕਿਸੇ ਦੀ ਹੈਲਪ ਕਰਕੇ। ਐਂਡ ਮੈਂ ਬਹੁਤ ਜ਼ਿਆਦਾ ਇਮੋਸ਼ਨਲ ਹਾਂ, ਤਾਂ ਕਿ ਮੈਂ ਇੱਦਾਂ ਦੀ ਕੋਈ ਵੀ ਵੀਡੀਓਜ਼ ਦੇਖੀਆਂ ਮੈਨੂੰ ਕਾਫੀ ਰੋਣਾ ਆਉਂਦਾ ਵਾ, ਪਹਿਲੇ ਬੈਠ ਕੇ ਸੈਡ ਸੌਂਗ ਸੁਣੇ, ਬਹੁਤ ਮੇਰੇ ਹਾਰਟ ਲਈ ਜਿਹੜੇ ਟੱਚਡ ਨੇ, ਅਤੇ ਮੈਂ ਕਿਸੇ ਨੂੰ ਗਰੀਬ ਨਹੀਂ ਦੇਖ ਸਕਦੀ। ਅਤੇ ਉਸ ਤੋਂ ਬਾਅਦ ਇਹ ਆ ਕਿ ਕਿਸੇ ਦੀ ਹੈਲਪ ਨਾ ਹੋਵੇ ਤਾਂ ਮੈਂ ਬੇਸ਼ੱਕ ਅੱਗੇ ਹੁੰਦੀ ਹਾਂ। ਅਤੇ ਮੇਰੀ ਇਹੀ ਅਪੀਲ ਆ ਸਾਰਿਆਂ ਨੂੰ ਕਿ ਹਮੇਸ਼ਾ ਗਰੀਬਾਂ ਦੀ ਹੈਲਪ ਕਰੋ, ਜਿਹਨਾਂ ਨੂੰ ਲੋੜ ਆ ਕਿਸੇ ਚੀਜ਼ ਦੀ, ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕਰੋ, ਆਪਣੀ ਖੁਸ਼ੀ ਲਈ ਨਹੀਂ ਕਿਸੇ ਦੀ ਖੁਸ਼ੀ ਲਈ, ਇੱਕ ਵਾਰੀ ਕਰਕੇ ਜ਼ਰੂਰ ਦੇਖਵਾਏ। ਔਨਲਾਈਨ ਨਿਊਜ਼ ਚੈਨਲ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਤੁਹਾਡੀ ਇੰਟਰਵਿਊ ਚੁੱਕੀ ਆ ਹੁਣ ਤੱਕ, ਸਭ ਤੋਂ ਜ਼ਿਆਦਾ ਫੇਵਰੇਟ ਚੈਨਲ ਜਿਹੜਾ ਤੁਹਾਡਾ ਕਿਹੜਾ ਹੈ? ਖਬਰ ਹਰਪਲ ਇੰਡੀਆ, ਆਲਵੇਜ਼ ਇੰਡੀਆ ਯਾਰ, ਖਬਰ ਹਰਪਲ ਇੰਡੀਆ ਇਹੀ ਆ ਫੇਵਰੇਟ ਚੈਨਲ। ਐਂਡ ਇਸ ਤੋਂ ਪਹਿਲੇ ਵੀ ਤੁਸੀਂ ਇੰਟਰਵਿਊ ਲਈ, ਅਦਰਵਾਈਜ਼ ਮੈਂ ਕਿਸੇ ਹੋਰ ਚੈਨਲ ਨੂੰ ਇੰਟਰਵਿਊ ਨਹੀਂ ਦਿੱਤੀ, ਬਟ ਆਈ ਲਾਈਕ ਖਬਰ ਹਰਪਲ ਇੰਡੀਆ। ਸੋ ਇਹ ਸਨ ਮੇਰੇ ਨਾਲ ਈਸ਼ਾ ਅਰੋੜਾ। ਈਸ਼ਾ ਅਰੋੜਾ ਨੇ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਅਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਾਡੇ ਪ੍ਰੋਗਰਾਮ ਫੇਸ ਟੂ ਫੇਸ ਦੇ ਵਿੱਚ। ਅਤੇ ਅਸੀਂ ਚਾਹਾਂਗੇ ਈਸ਼ਾ ਅਰੋੜਾ ਨੂੰ ਸਾਡੀਆਂ ਦੁਆਵਾਂ ਨੇ, ਉਹ ਹੋਰ ਤਰੱਕੀ ਕਰੇ ਤਾਂ ਆਉਣ ਵਾਲੇ ਸਮੇਂ 'ਤੇ ਸਾਨੂੰ ਫੋਨ ਕਰ ਕਰਕੇ ਟਾਈਮ ਲਵੇ। ਈਸ਼ਾ ਯਾਰ, ਇੰਟਰਵਿਊ, ਛੋਟੀ ਜਿਹੀ ਇੰਟਰਵਿਊ ਦੇ ਦਿਓ ਸਾਨੂੰ, ਛੋਟੀ ਜਿਹੀ ਬਾਈਟ ਦੇ ਦਿਓ, ਤਾਂ ਸਾਡੀ ਦੁਆ ਹੋਵੇਗੀ ਇਹਨਾਂ ਨਾਲ, ਸਾਡੇ ਆਸ਼ੀਰਵਾਦ ਵੀ ਰਹਿਣਗੇ ਕਿਉਂਕਿ ਅਸੀਂ ਇਹਨਾਂ ਤੋਂ। ਅਤੇ ਮੈਂ ਇਹਨੂੰ ਆਪਣੇ ਵੱਲੋਂ ਇੱਕ ਵਾਰੀ ਫਿਰ ਤੋਂ ਥੈਂਕਸ ਬੋਲਦਾ ਕਿ ਉਹ ਸਾਡੇ ਚੈਨਲ 'ਤੇ ਵਾਰ ਵਾਰ ਆਉਂਦੇ ਨੇ, ਸਾਡੇ ਨਾਲ ਦੀ TRP ਵਧਾਉਂਦੇ ਨੇ। ਕੈਮਰਾ ਪਰਸਨ ਸੋਨੂ ਸੋਢੀ ਦੇ ਨਾਲ ਵਿਕਰਮ ਗਿੱਲ, ਖਬਰ ਹਰਪਲ ਇੰਡੀਆ, ਅੰਮ੍ਰਿਤਸਰ।